ਬੀਤੇ ਦਿਨ ਦੀ ਕੁਵੈਤ ਦੀ ਇੱਕ ਇਮਾਰਤ ਵਿੱਚ ਅੱਗ ਲੱਗਣ ਨਾਲ 45 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਮੱਦਭਾਗੀ ਖਬਰ ਸਾਹਮਣੇ ਆਈ ਸੀ ਅਤੇ ਮ੍ਰਿਤਕਾਂ 'ਚ 40 ਭਾਰਤੀ ਸ਼ਾਮਿਲ ਸਨ। ਕੁਵੈਤ ਵਿੱਚ ਹੋਈ ਅਗਜ਼ਨੀ ਦੀ ਘਟਨਾ 'ਚ ਜਾਨ ਗਵਾਉਣ ਵਾਲਿਆਂ 'ਚ ਇੱਕ ਹੁਸ਼ਿਆਰਪੁਰ ਦਾ ਵਿਅਕਤੀ ਵੀ ਸ਼ਾਮਿਲ ਹੈ ਜੋ ਕਿ ਕਰੀਬ 30 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਖਾਤਰ ਕੁਵੈਤ ਦੀ ਧਰਤੀ 'ਤੇ ਗਿਆ ਸੀ ਅਤੇ ਉਹ ਵੀ ਇਸ ਘਟਨਾ 'ਚ ਸੰਸਾਰ ਨੂੰ ਅਲਵਿਦਾ ਆਖ ਗਏ। ਮ੍ਰਿਤਕ ਵਿਅਕਤੀ ਦੀ ਪਹਿਚਾਣ ਹਿੰਮਤ ਰਾਏ ਪੁੱਤਰ ਰਾਮ ਲਾਲ ਵਜੋਂ ਹੋਈ ਹੈ ਜੋ ਕਿ ਹੁਸ਼ਿਆਰਪੁਰ ਦੇ ਨਲੋਈਆਂ ਚੌਕ ਨਜ਼ਦੀਕ ਸਥਿਤ ਪਿੰਡ ਕੱਕੋਂ ਦਾ ਰਹਿਣ ਵਾਲਾ ਸੀ ਅਤੇ ਕੁਵੈਤ ਵਿੱਚ NBTC ਸਟੀਲ ਫੈਬਰਿਕ ਕੰਪਨੀ 'ਚ ਕੰਮ ਕਰਦਾ ਸੀ। ਪਰਿਵਾਰ ਦਾ ਕਹਿਣਾ ਕਿ ਘਰ 'ਚ ਇਕੱਲਾ ਹਿੰਮਤ ਰਾਏ ਕਮਾਉਣ ਵਾਲਾ ਸੀ ਅਤੇ ਉਸਦੇ ਸਿਰ 'ਤੇ ਹੀ ਘਰ ਦਾ ਗੁਜ਼ਾਰਾ ਚੱਲਦਾ ਸੀ। ਦੂਜੇ ਪਾਸੇ DC ਹੁਸ਼ਿਆਰਪੁਰ ਕੋਮਲ ਮਿੱਤਲ ਦਾ ਕਹਿਣਾ ਕਿ ਪ੍ਰਸ਼ਾਸਨ ਵੱਲੋਂ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਅੱਜ ਹਿੰਮਤ ਰਾਏ ਦੇ ਮ੍ਰਿਤਕ ਦੇ ਦਿੱਲੀ ਪਹੁੰਚ ਜਾਵੇਗੀ ਅਤੇ ਉਸਨੂੰ ਲਿਆਉਣ ਲਈ ਐਂਬੂਲੈਂਸ ਰਵਾਨਾ ਕਰ ਦਿੱਤੀ ਗਈ ਹੈ। ਹੁਸ਼ਿਆਰਪੁਰ ਦੇ ਉਸਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਸਾਰੇ ਮਾਮਾ ਜੀ ਸਾਡੇ ਲੱਗਦੇ ਸੀ, ਇਹ ਕੁਵੈਤ ਵਿੱਚ ਗਏ ਸੀ। ਉੱਥੇ ਜਿਹੜੀ ਬਿਲਡਿੰਗ ਨੂੰ ਇੱਕ ਅੱਗ ਲੱਗੀ ਆ, ਉਸ ਅੱਗ ਲੱਗਣ ਦੇ ਕਾਰਨ ਇਹ ਬਿਲਡਿੰਗ ਦੇ ਵਿੱਚ 123 ਮੰਜ਼ਿਲ 'ਤੇ ਰਹਿ ਰਿਹਾ ਸੀ। ਇਹ ਕੋਈ ਸਵੇਰ ਦੇ ਟਾਈਮ ਉੱਥੇ ਅੱਗ ਲੱਗੀ ਸੀਗੀ। ਅੱਗ ਲੱਗਣ ਤੋਂ ਬਾਅਦ ਜਿਹੜੀ ਅੱਗ ਦਾ ਧੂੰਆਂ ਉੱਪਰ ਰੂਮ ਦੇ ਵਿੱਚ ਗਿਆ, ਉਹਦੇ ਨਾਲ ਇਹਨਾਂ ਬੰਦਿਆਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਈ ਆ ਅਤੇ ਕੁਛ ਬੰਦੇ ਉੱਥੋਂ ਬਾਹਰ ਨਿਕਲਣ ਦੀ ਕੋਸ਼ਿਸ਼ ਵੀ ਕੀਤੀ ਆ। ਬਾਹਰ ਨਿਕਲਣ ਤੋਂ ਬਾਅਦ ਥੋੜ੍ਹੀ ਦੂਰ ਜਾ ਕੇ ਬਾਹਰ ਗੱਡੀਆਂ ਦੀ ਬਲਾਸਟਿੰਗ ਹੋਣ ਤੋਂ ਬਾਅਦ ਜਿਹੜਾ ਧੂੰਆਂ ਜ਼ਿਆਦਾ ਭਿਆਨਕ ਰੂਪ ਲੈ ਗਿਆ। ਉਸ ਕਾਰਨ ਉਸ ਧੂੰਏ ਦੇ ਵਿੱਚ ਇਹਨਾਂ ਨੂੰ ਸਾਹ ਦੀ ਦਿੱਕਤ ਹੋਈ ਆ, ਸਾਹ ਨਹੀਂ ਆਉਣ ਕਾਰਨ ਇਹਨਾਂ ਦੀ ਡੈਥ ਹੋ ਗਈ। ਇਹਨਾਂ ਨੂੰ 28 ਤੋਂ 30 ਸਾਲ ਬਾਅਦ ਹੋ ਗਏ ਆ। ਇਸੇ ਕੰਪਨੀ ਕੋਈ ਕੰਪਨੀ 'ਚ ਕੰਮ ਕਰਦੇ ਸੀ, ਉੱਥੇ ਹੀ ਗਏ ਪਰਵਾਨੇ ਪਹਿਲੇ। ਸਾਨੂੰ ਸਰ ਇਹ ਨਿਊਜ਼ ਚੱਲੀ ਹੈ TV 'ਤੇ ਮਾੜੀ ਜਿਹੀ, ਸਾਨੂੰ ਮਾੜਾ ਜਿਹਾ ਪਤਾ ਲੱਗਾ ਵੀ ਕੁਵੈਤ 'ਚ ਇੱਕ ਹਾਦਸਾ ਵਾਪਰਿਆ, ਲੇਕਿਨ ਸਾਨੂੰ ਇਹ ਨਹੀਂ ਸੀ ਪਤਾ ਵੀ ਸਾਡੇ ਜਿਹੜੇ ਕੰਪਨੀ 'ਚ ਮਾਮਾ ਜੀ ਗਏ ਉਸੇ ਕੰਪਨੀ 'ਚ ਹੀ ਹੋਇਆ। ਸਾਨੂੰ ਕੱਲ੍ਹ ਕੁਛ ਰਿਸ਼ਤੇਦਾਰਾਂ ਦੇ ਫੋਨ ਆਏ ਵੀ ਇੱਦਾਂ ਦਾ ਗੱਲ ਹੋਈ, ਅਸੀਂ ਫੋਨ 'ਤੇ ਸੰਪਰਕ ਵੀ ਕੀਤਾ ਤਾਂ ਸਾਡੇ ਇਹਨਾਂ ਦਾ ਫੋਨ ਬੰਦ ਆ ਰਿਹਾ ਸੀ। ਫਿਰ ਇਹਨਾਂ ਦੇ ਸਾਡੇ ਮਾਮਾ ਜੀ ਜਿਹੜੇ ਦੋਸਤ ਸੀ ਟਾਂਡੇ ਤੋਂ, ਉਹਨਾਂ ਨੇ ਸਾਨੂੰ ਕਾਲ ਕਰਕੇ ਕੱਲ੍ਹ ਦੱਸਿਆ ਸੀ ਵੀ ਜਿਹਨਾਂ ਦੀ ਡੈਥ ਹੋ ਗਈ। ਸਾਨੂੰ ਹੋਰ ਕਿਸੇ ਤੋਂ ਕੁਛ ਨਹੀਂ ਪਤਾ ਲੱਗਾ। ਪ੍ਰਸ਼ਾਸਨ ਵੱਲੋਂ ਸਾਡੇ ਨਾਲ ਹਜੇ ਤੱਕ ਕੋਈ ਗੱਲ ਨਹੀਂ ਹੋਈ ਭਾਅ ਜੀ, ਨਾ ਸਾਡੇ ਕੋਲ ਕੋਈ ਪਹੁੰਚਿਆ ਵਾ। ਹਾਂਜੀ, ਡੈਥ ਦਾ ਪਤਾ ਲੱਗਾ, ਸਾਡੇ ਜਿਹੜੇ ਮਿਨਿਸਟਰ ਸਾਹਿਬ ਗਏ ਆ ਡੈਥ ਡੈਡ ਬੋਡੀ ਲੈਣ, ਅਤੇ ਉਹਨਾਂ ਨੇ ਸਾਨੂੰ ਰਾਤ ਕਿਹਾ ਸੀ ਵੀ ਸਾਨੂੰ ਏਅਰਪੋਰਟ 'ਤੇ, ਦਿੱਲੀ ਏਅਰਪੋਰਟ 'ਤੇ 10 ਵਜੇ ਡੈਡ ਬੋਡੀ ਮਿਲ ਜਾਏਗੀ। ਉਹ ਡੈਡ ਬੋਡੀ ਲੈਣ ਗਏ ਆ, ਸਾਡੇ ਰਿਸ਼ਤੇਦਾਰ ਗਏ ਉਹ ਨਾਲ, ਅਤੇ ਹਜੇ ਤੱਕ ਸਾਨੂੰ ਕੋਈ ਡੈਡ ਬੋਡੀ ਨਹੀਂ ਸਾਡੇ ਕੋਲ ਪਹੁੰਚੀ। ਸਰਕਾਰ ਤੋਂ ਮੰਗ ਤਾਂ ਭਾਅ ਜੀ ਇਹ ਕਰ ਰਹੇ ਵੀ ਸਾਡਾ ਜਿਹੜਾ ਬੱਚਾ ਆ ਉਹਨਾਂ ਦਾ ਛੋਟਾ ਬੱਚਾ ਆ, ਅਤੇ ਘਰ 'ਚ ਕਮਾਉਣ ਵਾਲਾ ਹੋਰ ਕੋਈ ਨਹੀਂ ਸੀ, ਇਹੋ ਹੀ ਕਮਾਈ ਕਰਦੇ ਸੀ, ਇਹਨਾਂ ਦੇ ਨਾਲ ਸਾਡਾ ਘਰ ਚੱਲਦਾ ਸੀ। ਸਰਕਾਰ ਵੱਧ ਤੋਂ ਵੱਧ ਸਾਡੇ ਪਰਿਵਾਰ ਬਾਰੇ ਸੋਚੇ। ਵੀ At GNA University, see potential in everyone and everything around us. We drive innovation and entrepreneurship. We groom competent global citizens to affect positive change around them.